ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅਸੀਂ ਖਾਲਸਾ ਫੈਕਟ ਚੈਨਲ ਰਾਹੀਂ ਤੁਹਾਡੇ ਨਾਲ ਪੰਜਾਬੀ ਵਿੱਚ ਸਿੱਖ ਇਤਿਹਾਸ ਸਾਂਝਾ ਕਰਦੇ ਹਾਂ ਉੱਥੇ ਹੀ ਅਸੀਂ ਹਿੰਦੀ ਭਾਸ਼ਾ ਵਿੱਚ ਵੀ ਗੁਰੂ ਸਾਹਿਬ ਜੀ ਦਾ ਇਤਿਹਾਸ ਅਤੇ ਖਾਲਸੇ ਦੀਆਂ ਹੋਈਆਂ ਜੰਗਾਂ ਯੁੱਧਾਂ ਬਾਰੇ ਇਤਿਹਾਸ ਸਾਂਝਾ ਕਰਦੇ ਹਾਂ ਇਸ ਚੈਨਲ ਨੂੰ ਹੋਰਾਂ ਤੱਕ ਸਾਂਝਾ ਕਰਕੇ ਹਿੰਦੀ ਭਾਸ਼ਾ ਬੋਲਣ ਵਾਲੀਆਂ ਸੰਗਤਾਂ ਤੱਕ ਪਹੁੰਚਾ ਕੇ ਗੁਰਕਾ ਇਤਿਹਾਸ ਉਹਨਾਂ ਤੱਕ ਸਾਂਝਾ ਕਰ ਸਕਦੇ ਹੋ ਚੈਨਲ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੂ ਨੂੰ ਸ਼ਾਮ 6 ਵਜੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸੰਤਾਂ ਕੋਲ ਪਹੁੰਚੇ ਸਿੰਘ ਸਾਹਿਬ ਨੇ ਸੰਤਾਂ ਨੂੰ ਦੱਸਿਆ ਕਿ ਕੁਝ ਬੀਬੀਆਂ ਬੱਚੇ ਬਜ਼ੁਰਗਤ ਅਤੇ ਕੁਝ ਸਿੱਖਾਂ ਨੂੰ ਅਸੀਂ ਸੁਰੱਖਿਅਤ ਬਾਹਰ ਭੇਜ ਦਿੱਤਾ ਹੈ ਸੰਤਾਂ ਨੇ ਪੁੱਛਿਆ ਕਿ ਅੰਦਰ ਸ੍ਰੀ ਹਰਮੰਦਰ ਸਾਹਿਬ ਵਿਖੇ ਨਿਰਬਿਗੰਨ ਸੇਵਾ ਦੇ ਨਿਯਮ ਨਿਭਾਏ ਜਾ ਰਹੇ ਹਨ ਤਾਂ ਸਿੰਘ ਸਾਹਿਬ ਜੀ ਨੇ ਕਿਹਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮर्याਦਾ ਨੂੰ ਪੂਰੀ ਡ੍ਰਿੜਤਾ ਨਾਲ ਨਿਭਾਇਆ ਜਾ ਰਿਹਾ ਹੈ ਸ਼ਾਮ ਦੇ 7:30 ਵਜੇ ਸਨ ਤਾਂ ਸੰਤਾਂ ਨੇ ਪੁੱਛਿਆ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਾਮ ਦੇ ਨਿਤਨੇਮ ਰੈ ਰਾਸਤਾ ਪਾਠ ਕਿਸ ਨੇ ਕਰਨਾ ਹੈ ਤਾਂ ਸਿੰਘ ਸਾਹਿਬ ਨੇ ਕਿਹਾ ਅੱਜ ਸਿੰਘ ਸਾਹਿਬ ਭਾਈ ਮੋਹਨ ਸਿੰਘ ਜੀ ਦੀ ਸੇਵਾ ਹੈ ਅਤੇ ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਨਾਲ ਰਹਿ ਕੇ ਇੱਥੇ ਸੇਵਾ ਨਿਭਾਵਾਂ ਸੰਤਾਂ ਨੇ ਕਿਹਾ ਇਸ ਜੁੱਧ ਤੋਂ ਬਾਅਦ ਵੀ ਤੁਹਾਡੇ ਵਰਗੇ ਸਿਆਣੇ ਸਿੰਘਾਂ ਦੀ ਜ਼ਰੂਰਤ ਹੋਵੇਗੀ ਸੰਤਾਂ ਨੇ ਇਹ ਵੀ ਕਿਹਾ ਕਿ ਖਿਆਲ ਰੱਖੋ ਸ਼ਾਇਦ ਗੋਲੀਬਾਰੀ ਦੌਰਾਨ ਸਿੰਘ ਸਾਹਿਬ ਭਾਈ ਮੋਹਨ ਸਿੰਘ ਜੀ ਸਮੇਂ ਸਿਰ ਨਾ ਪਹੁੰਚ ਸਕਣ ਇਸ ਲਈ ਤੁਸੀਂ ਹਰਮੰਦਰ ਸਾਹਿਬ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਤੁਹਾਡੀ ਰੱਖਿਆ ਕਰਨਗੇ ਇਸ ਤਰ੍ਹਾਂ ਸਿੰਘ ਸਾਹਿਬ ਵਰਦੀਆਂ ਗੋਲੀਆਂ ਵਿੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰਮੰਦਰ ਸਾਹਿਬ ਗਏ ਜਾ ਕੇ ਵੇਖਿਆ ਕਿ ਹਾਲੇ ਤੱਕ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਆਰੰਭ ਨਹੀਂ ਹੋਇਆ ਤਾਂ ਉਹਨਾਂ ਨੇ ਜਾ ਕੇ ਸਤਿਗੁਰਜੀ ਦੀ ਤਾਬਿਆ ਵਿੱਚ ਰਹਿਰਾਸ ਦਾ ਪਾਠ ਆਰੰਭ ਕੀਤਾ ਉਦੋਂ ਤੱਕ ਵਰਦੀਆਂ ਗੋਲੀਆਂ ਵਿੱਚ ਹੀ ਸਿੰਘ ਸਾਹਿਬ ਗਿਆਨੀ ਸੌਣ ਸਿੰਘ ਜੀ ਵੀ ਪਹੁੰਚ ਗਏ ਉਸ ਸਮੇਂ ਕੁੱਲ 22 ਸਿੰਘ ਸ੍ਰੀ ਹਰਮੰਦਰ ਸਾਹਿਬ ਵਿਖੇ ਸਨ ਅਰਦਾਸ ਤੋਂ ਬਾਅਦ ਕੀਰਤਨ ਦੀ ਸੇਵਾ ਭਾਈ ਅਵਤਾਰ ਸਿੰਘ ਜੀ ਨੇ ਨਿਭਾਈ ਜੋ ਅਖੰਡ ਕੀਰਤਨੀ ਜੱਥੇ ਦਾ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਨ ਉੱਪਰ ਜਿੱਥੇ ਹਰ ਕੀ ਪੌੜੀ ਵਾਲੇ ਸਥਾਨ ਤੇ ਸ਼੍ਰੀ ਅਖੰਡ ਪਾਠ ਚੱਲ ਰਹੇ ਸਨ ਉੱਥੇ ਸਤਿਗੁਰਜੀ ਦਾ ਸੁਖ ਆਸਣ ਕੀਤਾ ਗਿਆ ਉੱਪਰ ਜਾਣ ਦੇ ਪਤਾ ਲੱਗਾ ਕਿ ਸ਼੍ਰੀ ਹਰਮੰਦਰ ਸਾਹਿਬ ਵੱਲ ਸਿੱਧੀਆਂ ਚਲਾਈਆਂ ਗੋਲੀਆਂ ਲੱਗਣ ਕਾਰਨ ਹਰ ਕੀ ਪੌੜੀ ਵਿਖੇ ਚੱਲ ਰਿਹਾ ਹੈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਵੀ ਜ਼ਖਮੀ ਹੋ ਚੁੱਕੇ ਹਨ ਇਸ ਲਈ ਇੱਥੇ ਵੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰ ਦਿੱਤਾ ਗਿਆ ਸ਼੍ਰੀ ਹਰਮੰਦਰ ਸਾਹਿਬ ਦੇ ਸਾਰੇ ਬੂਹੇ ਬਾਰੀਆਂ ਬੰਦ ਕਰ ਦਿੱਤੇ ਗਏ ਇਹ ਸਾਰੇ ਸਿੰਘ ਅਤੇ ਦੋਵੇਂ ਸਿੰਘ ਸਹਿਬਾਨ ਸਾਰੀ ਰਾਤ ਸ੍ਰੀ ਹਰਮੰਦਰ ਸਾਹਿਬ ਵਿਖੇ ਹਾਜ਼ਰ ਰਹੇ ਸਾਰੀ ਰਾਤ ਗੋਲੀਆਂ ਵਰਧੀਆਂ ਰਹੀਆਂ ਅਤੇ ਬਹੁਤ ਸਾਰੀਆਂ ਗੋਲੀਆਂ ਸ੍ਰੀ ਹਰਮੰਦਰ ਸਾਹਿਬ ਵੀ ਵੱਜੀਆਂ ਪਰ ਇਹ ਸਿੰਘ ਅਡੋਲ ਸਿਮਰਨ ਕਰਦੇ ਰਹੇ ਧੰਨ ਹਨ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਮੌਤ ਦੀ ਪਰਵਾਹ ਕੀਤੇ ਬਿਨਾ ਗੁਰਮਰਿਆਦਾ ਨੂੰ ਜਾਰੀ ਰੱਖਿਆ ਜਿੱਥੇ ਬਾਹਰ ਗੋਲੀਆਂ ਚੱਲ ਰਹੀਆਂ ਸਨ ਉੱਥੇ ਹੀ ਦੋਵੇਂ ਸਿੰਘ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਹਾਜ਼ਰ ਰਹੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਗੋਲੀਆਂ ਵੱਜੀਆਂ ਭਾਈ ਅਫਤਾਰ ਸਿੰਘ ਜੀ ਨੇ ਬਾਕੀ ਸਿੰਘਾਂ ਦੀ ਮਦਦ ਨਾਲ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸੇਵਾ ਨਿਭਾਈ ਤੇ ਕੀਰਤਨ ਕਰਦੇ ਆਹੀ ਇਹਨਾਂ ਨੂੰ ਵੀ ਦੋ ਗੋਲੀਆਂ ਵੱਜੀਆਂ ਤੇ ਜ਼ਖਮੀ ਹਾਲਤ ਵਿੱਚ ਹੀ ਕੀਰਤਨ ਦੀ ਸੇਵਾ ਨਿਭਾਈ ਧੰਨ ਗੁਰੂ ਧੰਨ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਐਸੇ ਔਖੇ ਸਮੇਂ ਵਿੱਚ ਵੀ ਗੁਰੂ ਦੀ ਮਰਿਆਦਾ ਨੂੰ ਕਾਇਮ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ